ਸੜਕ ਤੇ ਪਲਟਿਆ ਤੇਜ਼ ਰਫ਼ਤਾਰ ਟਰਾਲਾ, ਤੋੜ ਦਿੱਤੇ ਕਈ ਦੁਕਾਨਾਂ ਦੇ ਸ਼ਟਰ, ਚਾਰੇ ਪਾਸੇ ਬਿਖਰੀ ਬਜਰੀ ਹੀ ਬਜਰੀ। ਆ ਵੇਖੋ ਕੀ ਹਾਲ ਕੀਤਾ ਇਸ ਟਰਾਲੇ ਨੇ ਇਨ੍ਹਾਂ ਦੁਕਾਨਾਂ ਦਾ। ਤਦ ਕਿ ਰਾਤ ਸਮੇਂ ਇਹ ਟਰਾਲਾ ਸੰਤੁਲਨ ਖੋ ਦਿੰਦਾ ਜਿਸ ਕਾਰਨ ਪਲਟ ਜਾਂਦਾ ਤੇ ਅੱਗੇ ਜਾ ਕੇ ਇਹ ਦੁਕਾਨਾਂ ਦੇ ਸ਼ਟਰ ਦੇ ਵਿੱਚ ਵੱਜਦਾ, ਜਿਸ ਕਾਰਨ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ। ਤੇ ਮੌਕੇ ਤੇ ਮੌਜੂਦ ਲੋਕਾਂ ਨੇ ਇਹ ਵੀ ਕਿਹਾ ਕਿ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਡਰਾਈਵਿੰਗ ਕਰ ਰਿਹਾ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ। ਤਾਂ ਦੱਸ ਦੇ ਕਿ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਤੇਜ਼ ਰਫ਼ਤਾਰ ਟਰਾਲਾ ਇੱਕ ਕਰਿਆਨਾ ਸਟੋਰ ਅੰਦਰ ਜਾ ਵੜਿਆ, ਜਿਸ ਕਾਰਨ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਰਿਆਨੇ ਦੇ ਮਾਲਕ ਪ੍ਰੇਮ ਬਜਾਜ ਨੇ ਕਿਹਾ ਕਿ ਉਹਨਾਂ ਦੀ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਹੈ ਤੇ ਇਹ ਸਵੇਰੇ ਇੱਕ ਟਰਾਲਾ ਚਾਲਕ ਤੇਜ਼ ਰਫ਼ਤਾਰ ਆ ਰਿਹਾ ਸੀ, ਜਿਸ ਤੋਂ ਬਾਅਦ ਉਹ ਆਪਣਾ ਸੰਤੁਲਨ ਖੋ ਦਿੰਦਾ ਤੇ ਪਲਟ ਜਾਂਦਾ ਤੇ ਅੱਗੇ ਆ ਕੇ ਉਹਨਾਂ ਦੀ ਦੁਕਾਨ ਦੇ ਵਿੱਚ ਵੜ ਜਾਂਦਾ, ਜਿਸ ਕਾਰਨ ਉਹਨਾਂ ਦੀ ਦੁਕਾਨ ਦੇ ਦੋਵੇਂ ਸ਼ਟਰ, ਸ਼ੀਸ਼ੇ, ਕੋਰਨਰ ਸਮੇਤ ਲੱਖਾਂ ਰੁਪਏ ਦਾ ਕਰਿਆਨੇ ਦਾ ਸਮਾਨ ਵੀ ਖਰਾਬ ਹੋ ਜਾਂਦਾ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਘਟਨਾ ਦੀ ਖਬਰ ਮਿਲਦਿਆਂ ਹੀ ਥਾਣਾ ਫਿਲੌਰ ਦੇ ASI ਮੌਕੇ ਤੇ ਪਹੁੰਚਦੇ ਨੇ ਤੇ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੇ ਨੇ। ਤਾਂ ਦੱਸ ਦਈਏ ਕਿ ਜਦੋਂ ਇਸ ਸੰਬੰਧੀ ਗੱਲਬਾਤ ਚਾਲਕ ਨਾਲ ਕੀਤੀ ਜਾਂਦੀ ਹੈ ਤਾਂ ਉਸ ਗੱਲ ਤੋਂ ਇਨਕਾਰ ਕਰਦਾ ਕਿ ਉਸਦੀ ਸ਼ਰਾਬ ਪੀਤੀ ਹੋਈ ਸੀ, ਪਰ ਲੋਕ ਲਗਾਤਾਰ ਉਸਤੇ ਇਲਜ਼ਾਮ ਲਗਾ ਰਹੇ ਸੀ ਕਿ ਉਹ ਪਹਿਲਾਂ ਹੀ ਸ਼ਰਾਬ ਪੀ ਕੇ ਆਇਆ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਕਰਿਆਨੇ ਦੀ ਦੁਕਾਨ ਆ, ਰਾਤ ਲਗਭਗ 1:15 ਟਰੱਕ ਜਿਹੜਾ ਨਵਾਂ ਸ਼ਹਿਰ ਸਾਈਡ ਤੋਂ ਆ ਰਿਹਾ ਸੀਗਾ ਤੇ ਇਹ ਆਪਣੀ ਦੁਕਾਨ ਦੇ ਵਿੱਚ ਆ ਕੇ ਲੱਗਾ। ਕਰਿਆਨੇ ਦੀ ਦੁਕਾਨ ਆ, ਦੋ ਸ਼ਟਰ ਤੋੜ ਗਿਆ, ਵੱਡੀ ਦੁਕਾਨ ਸੀਗੀ, ਦੋ ਸ਼ਟਰ ਤੋੜ ਕੇ ਦੋ ਸ਼ੀਸ਼ੇ ਦੇ ਵਿੱਚ ਸੀਗੇ ਅੰਦਰ ਲੱਗੇ ਹੋਏ, ਅੰਦਰ ਸਮਾਨ ਬਹੁਤ ਖਰਾਬ ਤਾ, 2.5-3 ਲੱਖ ਰੁਪਈਆ ਸਾਡਾ ਨੁਕਸਾਨ ਹੋ ਗਿਆ। ਡਰਾਈਵਰ ਨੇ ਬਹੁਤ ਜ਼ਿਆਦਾ ਦਾਰੂ ਪੀਤੀ ਸੀ, ਸ਼ਰਾਬ ਦੇ ਕਾਰਨ ਉਹ ਗੱਡੀ ਕੰਟਰੋਲ ਨਹੀਂ ਕਰ ਪਾਇਆ ਤੇ ਗੱਡੀ ਜਿਹੜੀ ਆ ਕੇ ਲੱਗੀ ਆਪਣੇ ਬਿਲਡਿੰਗ ਦੇ ਵਿੱਚ। 2-3 ਘੰਟੇ ਬਾਅਦ ਵੀ ਉਹਨੂੰ ਕੁਛ ਪਤਾ ਨਹੀਂ ਲੱਗ ਰਿਹਾ ਸੀ, ਇੰਨੀ ਜ਼ਿਆਦਾ ਉਹਨੇ ਸ਼ਰਾਬ ਪੀਤੀ ਹੋਈ ਵੀ ਆਪਣੀ ਤਾਂ ਉਹਨੇ ਮਰੀ ਜਾਂਦਾ ਸੀਗਾ। ਬਸ ਮੈਂ ਤਾਂ ਇਹੀ ਪ੍ਰਸ਼ਾਸਨ ਨੂੰ ਦਾਰੂ ਪੀਤੀ ਹੋਈ ਸੀ, ਲੇਕਿਨ ਮਤਲਬ ਉਹਨੇ ਆਪਣਾ ਗੱਡੀ ਦਾ ਵੀ ਨੁਕਸਾਨ ਕੀਤਾ, 2-3 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ। ਡਰਾਈਵਰ ਇੱਥੇ ਕਿਤੇ ਬੈਠਾ ਡਰਾਈਵਰ ਦਾ ਜੀ, ਰਾਤ ਨੂੰ 1:20 ਦੇ ਕਰੀਬ, ਇਹ ਬਹੁਤ ਜ਼ਿਆਦਾ ਕੈਮਰੇ 'ਚ ਰਿਕਾਰਡਿੰਗ ਆ, ਬਹੁਤ ਜ਼ਿਆਦਾ ਟਿੱਪਰ ਜਿਹੜਾ ਭਰਿਆ ਹੋਇਆ ਪੱਥਰ ਦਾ ਤੇ ਬਹੁਤ ਜ਼ਿਆਦਾ ਸਪੀਡ ਤੇ ਸੀ, ਇਹਦੇ ਕੋਲੋਂ ਇਹਨੇ ਮੋੜ ਕੱਟੀ, ਉਦੋਂ ਵੀ ਸਾਡੇ ਕੋਲ ਰਿਕਾਰਡਿੰਗ ਆ ਸਾਰੀ, ਤੇ ਇਹਨੇ ਘੱਟੋ ਘੱਟ 100 ਦੀ ਸਪੀਡ ਤੇ ਇੰਨੀ ਤੇਜ਼ ਗੱਡੀ ਆ ਕੇ ਪਲਟਾ ਦਿੱਤੀ ਆ ਤੇ ਥੱਲੇ ਤੋਂ ਢਾਬੇ ਤੋਂ ਪੂਰੇ ਨਸ਼ੇ ਦੇ ਟੋਲ ਹੋ ਕੇ ਤੁਰਿਆ। ਉਹਨਾਂ ਨੇ ਵੀ ਇਹਨੂੰ ਕਿਹਾ ਆ ਵੀ ਤੂੰ ਨਾ ਤੌਰ ਤੇਰਾ ਨੁਕਸਾਨ ਹੋਊਗਾ, ਤੇ 2-3 ਮਿੰਟਾਂ ਦੀ ਡਰਾਈਵ ਤੋਂ ਬਾਅਦ ਇਹਨੇ ਆ ਕੇ ਨੁਕਸਾਨ ਸਾਡੀ ਦੁਕਾਨ ਦਾ ਘੱਟੋ ਘੱਟ 3-4 ਲੱਖ ਰੁਪਏ ਦਾ ਨੁਕਸਾਨ ਕਰਾ ਦਿੱਤਾ ਆ ਤੇ ਬਹੁਤ ਪਰੇਸ਼ਾਨੀ ਆ ਸੀ। ਕਰਿਆਨਾ ਜੀ ਅੰਦਰ ਸ਼ਟਰ ਵੀ ਡੈਮੇਜ ਹੋਏ ਜੀ, ਸ਼ੀਸ਼ੇ ਵੀ ਡੈਮੇਜ ਹੋ ਗਏ, ਅੰਦਰ ਕਿਰਾਨਾ ਵੀ ਡੈਮੇਜ, ਤੁਸੀਂ ਮੌਕੇ ਤੇ ਵੀਡੀਓ ਲੈ ਸਕਦੇ ਆ ਇਸ ਟਾਈਮ ਉਦਾਂ ਦੀ ਉਦਾਂ ਹੀ ਕੰਡੀਸ਼ਨ ਦੇ ਵਿੱਚ ਰਹੇ, ਘੱਟੋ ਘੱਟ 2-3 ਲੱਖ ਰੁਪਏ ਦਾ ਨੁਕਸਾਨ ਹੈ ਜੀ ਸਾਡਾ, ਤੁਸੀਂ ਚੈੱਕ ਕਰ ਸਕਦੇ ਆ, ਅਸੀਂ ਕੋਈ ਵੀ ਇਹਦੇ 'ਚ ਨਹੀਂ, ਆਪ ਮੌਕੇ ਤੇ ਚੈੱਕ ਕਰਕੇ ਵੀਡੀਓ ਦੇਖੋ ਤੁਸੀਂ। ਮੇਰਾ ਨਾਮ ਜੀ ਹਰਿੰਦਰ ਸਿੰਘ, ਰਾਤ 1:30 ਵਜੇ ਦੇ ਕਰੀਬ ਮੈਂ ਉੱਥੋਂ ਰੋਟੀ ਖਾ ਕੇ ਤੁਰਿਆ, ਉੱਥੇ ਜੀ ਗੱਡੀ ਮੇਰੀ ਤੇਜ਼ ਸੀਗੀ ਮੋੜ ਤੇ, ਜਦੋਂ ਗੱਡੀ ਮੈਂ ਮੋੜੀ ਤੇ ਕਾਰ ਆਈ ਮੂਹਰੇ ਤੇ ਮੈਂ ਨਾ ਜਦੋਂ ਕੱਟ ਮਾਰਿਆ ਤੇ ਮੇਰੇ ਤੋਂ ਬੈਲੈਂਸ ਗੱਡੀ ਉਹ ਹੋ ਗਈ ਤੇ ਮੇਰੇ ਤੋਂ ਸੰਭਲੀ ਨਹੀਂ ਬ੍ਰੇਕ ਲੱਗਦੀ ਗੱਡੀ ਉੱਤੇ। ਨਹੀਂ ਜੀ ਬਿਲਕੁਲ ਨਹੀਂ, ਗੱਡੀ ਮੌਕੇ ਤੇ ਦੇਖੀ ਹੋਈ ਸੀ ਉਹ ਸਾਰਾ ਪੀਤੀ ਹੋਈ।
ਕਿੰਨਾ ਨੁਕਸਾਨ ਹੋਇਆ ਕਿ ਤੁਸੀਂ ਜਾਇਜ਼ ਨਹੀਂ ਜਾਇਜ਼ ਖਿਲਾ ਰਹੇ ਹਾਂ ਜੀ ਦੁਕਾਨ ਦੁਕਾਨ 'ਚ ਬੜੀ ਗੱਡੀ ਦੁਕਾਨ ਵੀ ਦੇਖ ਰਹੇ ਹਾਂ ਕੀ ਕਾਰਵਾਈ ਹੈ ਟਰਾਈ ਜੋ ਬੰਦੀ ਕਰਵਾਈ ਕਰਾਂਗੇ ਕੀ ਰਸਤਾ ਖਾਲੀ ਕਰਾ ਲਿਆ ਰਸਤਾ ਖਾਲੀ ਕਰਾ ਤੇਰੇ ਨਾਲ ਫੋਨ ਕੀਤਾ ਆ ਰਿਹਾ